ਮੁਕਤਸਰ ਦੇ ਹਾਲ ਗੇਟ ਦੇ ਨੇੜੇ ਲੱਗਦੀ ਫਰੂਟ ਮਾਰਕੀਟ ਦੀਆਂ ਤਸਵੀਰਾਂ ਤੁਹਾਡੀ ਸਕਰੀਨ 'ਤੇ ਸਾਂਝੀਆਂ ਕਰ ਰਿਹਾ, ਜਿੱਥੇ ਇੱਟਾਂ ਦਾ ਮੀਂਹ ਪਿਆ ਲੱਗਦਾ ਹੈ। ਜੀ ਹਾਂ, ਇੱਟਾਂ ਦਾ ਮੀਂਹ ਪਿਆ ਲੱਗਦਾ ਹੈ। ਤਸਵੀਰਾਂ ਫਰੂਟ ਮਾਰਕੀਟ ਹਾਲ ਗੇਟ ਅੰਮ੍ਰਿਤਸਰ ਦੀਆਂ ਦੱਸੀਆਂ ਜਾਂਦੀਆਂ ਨੇ। ਦੱਸਿਆ ਜਾਂਦਾ ਹੈ ਕਿ ਇੱਥੇ ਰੇੜੀ ਪਾਸੇ ਕਰਨ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਅਜਿਹਾ ਟਕਰਾਅ ਹੋਇਆ ਕਿ ਮਾਰਕੀਟ ਇੱਟਾਂ ਦਾ ਮੀਂਹ ਦਾ ਭੁਲੇਖਾ ਪਾਉਣ ਲੱਗੀ ਹੈ। ਦੱਸਿਆ ਜਾਂਦਾ ਹੈ ਕਿ ਰੇੜੀ ਪਿੱਛੇ ਕਰਨ ਨੂੰ ਲੈ ਕੇ ਦੁਕਾਨਦਾਰਾਂ ਦੇ ਵੱਲੋਂ ਇੱਕ ਰੇੜੀ ਚਾਲਕ ਨੂੰ ਕਿਹਾ ਗਿਆ ਸੀ, ਪਰ ਰੇੜੀ ਚਾਲਕ ਨੇ ਰੇੜੀ ਪਿੱਛੇ ਕਰਨ ਦੇ ਲੱਗਿਆ ਦੱਸਿਆ ਜਾਂਦਾ ਕਿ ਆਪਸ ਦੇ ਵਿੱਚ ਤੂੰ ਤੂੰ ਮੈਂ ਹੋ ਗਈ ਹੈ, ਅਤੇ ਇਸੇ ਤੂੰ ਤੂੰ ਮੈਂ ਦੇ ਵਿਚਾਲੇ ਦੋ ਧਿਰਾਂ ਦੇ ਵਿੱਚ ਅਜਿਹਾ ਟਕਰਾਅ ਹੋਇਆ ਕਿ ਦੋਵੇਂ ਧਿਰਾਂ ਦੇ ਵਿੱਚ ਦੋ ਵਿਅਕਤੀ ਆਪਸ ਦੇ ਵਿੱਚ ਭਿੜ ਗਏ ਨੇ, ਜਿਸ ਤੋਂ ਬਾਅਦ ਇੱਕ ਦੁਕਾਨਦਾਰਾਂ ਦੀ ਜੋ ਧਿਰ ਹੈ ਉਹਨਾਂ ਦੇ ਵਿੱਚੋਂ 10 ਬੰਦੇ ਯਾਨੀ ਕਿ 10 ਦੁਕਾਨਦਾਰ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਜੇਕਰ ਕਹਿ ਲਿਆ ਜਾਵੇ ਕਿ ਪੂਰੀ ਫਰੂਟ ਮਾਰਕੀਟ ਕੋਟ ਸਿਟੀ ਹੈ, ਸ਼ਾਇਦ ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਪੂਰੀ ਮਾਰਕੀਟ ਨੂੰ ਕੋਈ ਫੈਂਟ ਗਿਆ। ਫਿਲਹਾਲ ਇਹ ਤਸਵੀਰਾਂ ਅੰਮ੍ਰਿਤਸਰ ਦੀਆਂ ਸਾਂਝੀਆਂ ਕਰ ਰਹੇ ਹਾਂ, ਹਾਲ ਬਾਜ਼ਾਰ ਦੇ ਨੇੜੇ ਤਸਵੀਰਾਂ ਦੱਸੀਆਂ ਜਾਂਦੀਆਂ ਨੇ ਜਿੱਥੇ ਫਰੂਟ ਮਾਰਕੀਟ ਲੱਗਦੀ ਹੈ। ਫਿਲਹਾਲ ਇਸ ਫਰੂਟ ਮਾਰਕੀਟ ਦੇ ਵਿੱਚ ਸਿਰਫ ਰੇੜੀ ਪਾਸੇ ਕਰਨ ਨੂੰ ਲੈ ਕੇ ਨਿੱਕੀ ਜਿਹੀ ਗੱਲ ਤੋਂ ਐਡਾ ਵੱਡਾ ਟਕਰਾਅ ਹੋਇਆ, ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਨਿੱਕੀ ਜਿਹੀ ਗੱਲ ਦਾ ਐਡਾ ਬਖੇੜਾ ਖੜਾ ਹੋ ਜਾਵੇਗਾ। ਇਹਨਾਂ ਤਸਵੀਰਾਂ ਦੇ ਵਿੱਚ ਦਰ ਨਾਲ ਦੱਸਿਆ ਜਾਂਦਾ ਹੈ ਕਿ 8 ਤੋਂ 10 ਬੰਦੇ ਜ਼ਖਮੀ ਹੋ ਚੁੱਕੇ ਨੇ। ਦੁਕਾਨਦਾਰਾਂ ਦੀ ਹਾਲਤ ਕੁਛ ਦੀ ਗੰਭੀਰ ਦੱਸੀ ਜਾਂਦੀ ਹੈ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੀੜਤ ਦੁਕਾਨਦਾਰ ਦੱਸਦੇ ਨੇ ਕਿ ਉਹਨਾਂ ਵੱਲੋਂ ਪਹਿਲਾਂ ਰੇੜਾ ਚਾਲਕ ਨੂੰ ਰੇੜੀ ਸਾਈਡ ਦੇ ਉੱਤੇ ਕਰਨ ਨੂੰ ਕਿਹਾ ਗਿਆ ਸੀ, ਇਸੇ ਦੌਰਾਨ ਬਹਿਸਬਾਜ਼ੀ ਹੋਈ ਹੈ, ਜਿਸ ਤੋਂ ਬਾਅਦ ਰੇੜੀ ਚਾਲਕ ਨੇ 25 ਤੋਂ 30 ਲੋਕ ਹਥਿਆਰਬੰਦ ਮੌਕੇ ਦੇ ਉੱਤੇ ਸੱਦ ਲਏ, ਜਿਨ੍ਹਾਂ ਨੇ ਅੱਗੇ ਦੁਕਾਨਦਾਰਾਂ ਦੇ ਉੱਤੇ ਹਮਲਾ ਕਰ ਦਿੱਤਾ। ਫਿਲਹਾਲ ਜਿਸ ਦੇ ਕਾਰਨ 10 ਤੋਂ 12 ਦੁਕਾਨਦਾਰ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ, ਪਰ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਹਮਲਾ ਪੁਲਿਸ ਦੇ ਸਾਹਮਣੇ ਹੀ ਹੋਇਆ ਦੱਸਿਆ ਜਾਂਦਾ ਹੈ। ਦੁਕਾਨਦਾਰ ਦਾਅਵਾ ਕਰਦੇ ਨੇ ਕਿ ਪੁਲਿਸ ਮੂਕ ਦਰਸ਼ਕ ਬਣ ਕੇ ਵੇਖਦੀ ਰਹੀ, ਕਿਸੇ ਪੁਲਿਸ ਵਾਲੇ ਨੇ ਉੱਥੇ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਸਗੋਂ ਜੋ ਹਥਿਆਰਬੰਦ ਲੋਕ ਆਏ ਸਨ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਸੱਦ ਲਈ ਗਈ ਸੀ, ਪਰ ਇਸ ਦੇ ਬਾਵਜੂਦ ਉਹ ਪੁਲਿਸ ਦੇ ਸਾਹਮਣੇ ਹੀ ਦੁਕਾਨਦਾਰਾਂ ਨੂੰ ਕੁੱਟ ਕੇ ਚਲੇ ਗਏ ਨੇ। ਦੁਕਾਨਦਾਰ ਦੱਸਦੇ ਨੇ ਕਿ ਰੇੜਾ ਸਾਈਡ ਕਰਨ ਨੂੰ ਲੈ ਕੇ ਰੇੜੇ ਵਾਲੇ ਅਤੇ ਦੁਕਾਨਦਾਰਾਂ ਵਿੱਚ ਬਹਿਸਬਾਜ਼ੀ ਹੋਈ ਸੀ। ਇਸ ਤੋਂ ਬਾਅਦ ਰੇੜੇ ਵਾਲੇ ਨੇ 25-30 ਲੋਕ ਮੌਕੇ 'ਤੇ ਸੱਦੇ, ਬੇਸਬਾਲ ਅਤੇ ਹੋਰ ਹਥਿਆਰ ਲੈ ਕੇ ਅਗਲੇ ਮੌਕੇ 'ਤੇ ਪਹੁੰਚ ਗਏ ਅਤੇ ਫਿਰ 10 ਤੋਂ 12 ਦੁਕਾਨਦਾਰਾਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਧਿਕਾਰੀ ਦੱਸਦੇ ਨੇ ਕਿ ਹਾਲ ਗੇਟ ਦੇ ਨਜ਼ਦੀਕ ਜੋ ਕੁੱਟਮਾਰ ਦੀ ਘਟਨਾ ਹੋਈ ਹੈ, 10 ਤੋਂ 12 ਜੋ ਲੋਕ ਗੰਭੀਰ ਜ਼ਖਮੀ ਨੇ, ਫਿਲਹਾਲ ਅਸੀਂ ਉਹਨਾਂ ਦਾ ਬਿਆਨ ਲੈ ਰਹੇ ਹਾਂ ਅਤੇ ਮੌਕੇ 'ਤੇ ਬਣਦੀ ਕਾਰਵਾਈ ਕਰਨ ਦੀ ਜੋ ਕਹਿ ਸਕਦੇ ਹੋ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਉੱਥੇ ਦੂਜੇ ਪਾਸੇ ਇਸ ਖਬਰ ਦੇ ਨਾਲ ਕਹਿ ਸਕਦੇ ਹੋ ਕਿ ਅੰਮ੍ਰਿਤਸਰ ਦੀ ਸੁਰੱਖਿਆ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਦੱਸਿਆ ਜਾਂਦਾ ਕਿ ਬਾਜ਼ਾਰ ਦੇ ਵਿਚਾਲੇ ਹੋਏ ਹੰਗਾਮੇ ਦੇ ਵਿਚਕਾਰ ਪੁਲਿਸ ਅਧਿਕਾਰੀ ਮੌਕੇ 'ਤੇ ਹਾਜ਼ਰ ਰਹੇ, ਪਰ ਫਿਰ ਵੀ ਕਿਸੇ ਨੇ ਨਾ ਤਾਂ ਕੋਈ ਪਰਵਾਹ ਕੀਤੀ ਹੈ। ਦੁਕਾਨਦਾਰਾਂ ਦੇ ਉੱਦਾਂ ਹੀ ਕੁੱਟ ਪੈਂਦੀ ਰਹੀ ਅਤੇ ਆਖਿਰਕਾਰ ਦੁਕਾਨਦਾਰ ਕਈ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਦੇ ਵਿੱਚ ਹੁਣ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਲਾਜ ਅਧੀਨ ਦੱਸੇ ਜਾ ਰਹੇ ਨੇ। ਜੇਕਰ ਇਹ ਕਹਿ ਲਿਆ ਜਾਵੇ ਕਿ ਇੱਕ ਰੇੜੇ ਪਾਸੇ ਕਰਨ ਨੂੰ ਲੈ ਕੇ ਪੂਰਾ ਬਾਜ਼ਾਰ ਫੈਂਟ ਦਿੱਤਾ, ਸ਼ਾਇਦ ਇਸ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ, ਕਿਉਂਕਿ 10 ਤੋਂ 12 ਦੁਕਾਨਦਾਰਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਇਸ ਦਾ ਵਿਰੋਧ ਕੀਤਾ ਗਿਆ ਸੀ। ਸਾਰੇ ਜ਼ਖਮੀ ਨੇ ਫਿਲਹਾਲ ਹਸਪਤਾਲਾਂ 'ਚ ਪਏ ਨੇ। ਉੱਥੇ ਦੂਜੇ ਪਾਸੇ ਫਰੂਟ ਮਾਰਕੀਟ 'ਚ ਇਹਨਾਂ ਦੀਆਂ ਦੁਕਾਨਾਂ ਇਸ ਵੇਲੇ ਬੰਦ ਪਈਆਂ ਨੇ। ਦੱਸਿਆ ਜਾਂਦਾ ਦੁਕਾਨਦਾਰ ਦੱਸਦੇ ਨੇ ਕਿ ਉਹਨਾਂ ਦੁਕਾਨਾਂ ਤੁਰੰਤ ਬੰਦ ਕਰ ਦਿੱਤੀਆਂ, ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਧੱਕੇਸ਼ਾਹੀ ਹੋਈ ਹੈ, ਰੇੜਾ ਪਾਸੇ ਕਰਨ ਨੂੰ ਕਿਹਾ ਗਿਆ ਸੀ, ਜਿਸ ਨੂੰ ਲੈ ਕੇ ਬਹਿਸਬਾਜ਼ੀ ਹੋਈ ਅਤੇ ਇਸੇ ਬਹਿਸਬਾਜ਼ੀ ਦੇ ਵਿਚਾਲੇ ਇਹ ਕੁੱਟਮਾਰ ਦੀ ਪੂਰੀ ਘਟਨਾ ਵਾਪਰ ਗਈ ਹੈ। ਫਿਲਹਾਲ ਵੱਡੀ ਤਸਵੀਰ ਤੁਹਾਡੀ। ਮੇਰਾ ਨਾਮ ਮਹੇਸ਼ ਕੁਮਾਰ ਹੈ, ਮਹੇਸ਼ੀ ਭਲਵਾਨ ਕਹਿੰਦੇ ਮੈਨੂੰ। ਇਹ ਰੇੜੇ ਲਾਉਣ ਤੋਂ ਗੱਲ ਹੋਈ ਹੈ ਵੀ ਸਵੇਰੇ ਕੰਮ ਕਾਰ ਸਿਰ ਫਰੂਟ ਦਾ ਕੰਮ ਹੁੰਦਾ, ਇਹ ਰੇੜੇ ਵਾਲੇ ਬਦਮਾਸ਼ੀਆਂ ਕਰਦੇ ਆ ਕੇ ਸਿਰ ਰੇੜੇ ਲਾਉਂਦੇ। ਇਹਨਾਂ ਨੂੰ ਬੜੀ ਵਾਰੀ ਹੱਥ ਜੋੜ ਕੇ ਕਿਹਾ ਵੀ ਤੁਸੀਂ 9 ਵਜੇ ਤੋਂ ਬਾਅਦ ਆਇਆ ਕਰੋ, ਸਵੇਰੇ ਸਾਡਾ ਕੰਮ ਹੁੰਦਾ ਅਤੇ ਕੰਮ ਕਰ ਲੈਂਦੇ ਤੁਸੀਂ ਵੀ ਕੰਮ ਕਰੋ। ਇਹ ਨਵੇਂ ਨਵੇਂ ਮੁੰਡੇ ਆਏ, ਪਹਿਲਾਂ ਪੁਰਾਣੇ ਕੰਮ ਬੜਾ ਵਧੀਆ ਚੱਲਦਾ ਸੀ, ਨਵੇਂ ਨਵੇਂ ਮੁੰਡੇ ਆਏ ਲੋ ਫਿਰ ਇਹਨਾਂ ਨੇ ਆ ਕੇ ਸਵੇਰੇ 8 ਵਜੇ ਗੱਡੀ ਪੂਵੇ ਕੇ ਲਾਤੀ, ਉਹਨਾਂ ਨੂੰ ਪਿਆਰ ਨਾਲ ਸਮਝਾਇਆ, ਨਸ਼ੇ ਕੀਤੇ ਹੁੰਦੇ ਇਹਨਾਂ ਨੇ, ਉਹ ਨਹੀਂ ਆਖੇ ਲੱਗੇ, ਉਹ ਤੂੰ ਤੂੰ ਮੈਮ ਸਗੋਂ ਉਹਨਾਂ ਨੇ ਉਹੀ ਹੈ ਅਤੇ ਕੋਈ ਗੱਲ ਨਹੀਂ ਆਪਣੇ ਚਲੇ ਗਏ ਤਾਂ ਚਲੇ ਗਏ। ਇਹਨਾਂ ਨੇ ਮੁੰਡੇ ਮੰਗਾ ਲਏ ਆ ਗੱਡੀ ਦੇ ਵਿੱਚ, ਹਥਿਆਰ ਬੋਤਲਾਂ
ਖੋਪ ਚਲਾਈਆਂ ਉਹਨਾਂ ਨੇ, ਜਾ ਕੇ ਮੌਕਾ ਵੇਖੋ ਉੱਥੇ ਬਹੁਤ ਬੜਾ, 7-8 ਬੰਦੇ ਸਾਡੇ ਫੱਟਲ ਕਰ ਗਏ ਆ, ਮਾਰ ਕੇ ਬੈਸਮੈਂਟ ਕੇ ਸਿਰ। ਉਹ ਸਾਡੀਆਂ ਦੁਕਾਨਾਂ ਫਰੂਟ ਦੀਆਂ, ਉਹ ਕੇਲਾ ਢੋਂਦੇ ਨੇ, ਲੋਡ ਕਰਦੇ ਨੇ। ਉਹ ਕਿਰਪਾਨਾਂ, ਡਾਂਗਾਂ, ਬੈਸਬੋਰਡ, ਬੋਤਲਾਂ, ਕੋਈ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ। ਹਾਂ, ਬਾਅਦ ਚ ਮਾਰਨ ਆਏ, ਪਹਿਲਾਂ ਤੂੰ ਮੈਂ ਬਦਮਾਸ਼ੀਆਂ ਦਿਖਾਉਂਦੇ ਵੀ ਅਸੀਂ ਨਹੀਂ ਕਰਨੇ। ਪਹਿਲਾਂ ਇਹਨਾਂ ਦਾ ਇਲਾਕਾ ਇੱਧਰ ਹੀ ਪੈਂਦਾ, ਕੋਲਪੁਰਾ ਪੈਂਦਾ ਬੰਦਾ, ਇਹ ਮੰਡੀ ਦੇ ਅੰਦਰ ਹੀ, ਸਬਜ਼ੀ ਮੰਡੀ ਨਹਿਰੂ ਮਾਰਕੀਟ ਚ। ਕਿੰਨੀ ਕੁ ਦੂਰ ਉੱਥੇ ਥਾਣਾ ਹੈ? ਕੋਈ ਮੁਲਾਜ਼ਮ ਨੀ ਆਇਆ, 1 ਘੰਟਾ ਲੜਾਈ ਹੁੰਦੀ ਰਹੀ। ਪਹਿਲਾਂ ਵੀ ਅਸੀਂ ਇਸਤਲਾਹ ਦਿੱਤੀ ਵੀ ਸਾਨੂੰ ਖਤਰਾ ਇਹਨਾਂ ਕੋਲ, ਇਹ ਮੁੰਡੇ ਲੈ ਕੇ ਆ ਰਹੇ ਆ, ਉੱਥੇ ਕੋਈ ਮੁਲਾਜ਼ਮ ਨੀ ਪਹੁੰਚਿਆ, 1 ਮੁਲਾਜ਼ਮ ਪਹੁੰਚਿਆ, ਕਾਗਜ਼ ਪੱਤਰ ਲੈ ਕੇ ਸੁਣੀ ਜਾਓ। ਉਹਨਾਂ ਉਹਦੇ ਕੋਈ ਪਰਵਾਹ ਨਹੀਂ ਕੀਤੀ, ਉਹਨਾਂ ਬੰਦਿਆਂ ਨੇ ਉਹਦੇ ਸਾਹਮਣੇ ਹੀ ਸਭ ਕੁਝ ਸਾਡੇ ਨਾਲ ਹੋਇਆ ਹੈ। ਬਹੁਤ ਢਿੱਲੀ ਹੈ ਜੀ। ਮੰਗ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਇਸ ਤਰ੍ਹਾਂ ਸਾਡੇ ਨਾਲ ਗੁੰਡਾ ਗਰਦੀ ਵੀ ਅਸੀਂ ਦੁਕਾਨਾਂ ਬੰਦ ਕਰ ਦਾਂਗੇ, ਚਾਬੀਆਂ ਕਮਿਸ਼ਨ ਦੇ ਘਰ ਜਾ ਕੇ ਰੱਖ ਦਾਂਗੇ। ਅਸੀਂ ਕਦੀ ਵੇਖਾ ਜੀ, ਸਾਡੀ ਸ਼ਿਕਾਇਤ ਆਈ ਨਹੀਂ ਕਦੀ, ਨਾ ਅਸੀਂ ਕਦੀ ਝਾੜੇ, ਕਦੀ ਕਿਸੇ ਨਾ ਕਿਸੇ ਦਾ। ਅਸੀਂ ਆਪਣਾ ਕਾਰੋਬਾਰ ਕਰਨਾ ਸਿਰ ਤੜਕੇ ਆਉਂਦੇ, ਅਸੀਂ ਸਾਨੂੰ ਖਤਰਾ ਇਹਨਾਂ ਕੋਲ, ਸਾਨੂੰ ਖਤਰਾ ਅਸੀਂ ਤੜਕੇ ਆਣ ਕੇ ਦੁਕਾਨਾਂ ਖੋਲਣੀ 4-5 ਵਜੇ। ਹਾਂਜੀ, ਉੱਥੇ ਕੈਮਰੇ ਲੱਗੇ, ਬਹੁਤ ਲੱਗੇ, ਕੋਈ ਵੀ ਚੈੱਕ ਕਰ ਸਕਦੇ ਜੀ। ਮੇਰਾ ਨਾਮ ਅਮਨਦੀਪ ਸਿੰਘ ਆ, ਮੇਰਾ ਹਾਲਗੜ੍ਹ ਫਰੂਟ ਮੰਡੀ 'ਚ ਕੰਮ ਹੈਗਾ। ਮੈਂ ਆਪਣੀ ਦੁਕਾਨ 'ਤੇ ਖਲੋਤਾ ਸੀ, ਠੀਕ ਹੈ। ਇਹ ਟੈਂਪੂ ਜਾ ਆਪਣਾ ਸਮਾਨ ਲੋਡ ਕਰਕੇ ਆਇਆ ਵਾ, ਠੀਕ ਹੈ। ਅਤੇ ਇਹਨੂੰ ਮੈਂ ਇਹੀ ਕਿਹਾ ਵਾ ਕਿ ਟੈਂਪੂ ਥੋੜ੍ਹਾ ਅੱਗੇ ਪਿੱਛੇ ਕਰ ਲਾ, ਤੇਰਾ ਹਾਲੇ ਟਾਈਮ ਨਹੀਂ ਗਾ ਟੈਂਪੂ ਲਿਆਉਂਦਾ, 9 ਵਜੇ ਦਾ ਟਾਈਮ ਹੈਗਾ ਮੰਡੀ ਦੇ ਅੰਦਰ ਆਉਣ ਦਾ, ਠੀਕ ਹੈ। 8 ਵਜੇ ਟੈਂਪੂ ਲੈ ਕੇ ਅੰਦਰ ਆ ਗਿਆ, ਇਹਨੂੰ ਇਹੀ ਕਿਹਾ ਕਿ ਅੱਗੇ ਪਿੱਛੇ ਕਰ ਲਾ। ਕਹਿੰਦਾ ਨਹੀਂ, ਮੈਂ ਇੱਥੇ ਰੱਖ ਲਾਣਾ, ਜੋ ਮਰਜ਼ੀ ਤੋਂ ਕਰ ਲਾ। ਮੈਂ ਕਿਹਾ ਮੈਂ ਕੰਮ ਕਰਨਾ, ਮੇਰੀ ਦੁਕਾਨਦਾਰੀ ਹੈ, ਤੂੰ ਅੱਗੇ ਪਿੱਛੇ ਕਰ ਲਾ, ਤੈਨੂੰ ਮਨਾ ਥੋੜ੍ਹੀ ਕਰਨਾ, ਮੈਂ ਤੂੰ ਨਾ ਲੈ ਕੇ ਆ, ਠੀਕ ਹੈ। ਅਤੇ ਆ ਜੀ ਅੱਗੋਂ ਆਪਣਾ ਲੜਨ ਲੱਪਿਆ ਮੇਰੇ ਨਾਲ, ਅਤੇ ਆਪਣੇ ਅੰਦਰੋਂ ਹਥਿਆਰ, ਬੇਸਬੋਲ, ਤਲਵਾਰ ਕੱਢ ਕੇ ਨਾ ਮੈਨੂੰ ਮਾਰਨ ਲੱਗਾ, ਅਤੇ ਮੈਂ ਫੜ ਲਿਆ, ਠੀਕ ਹੈ। ਅਤੇ ਉਹ ਮੇਰੇ ਪਤਾ ਨਹੀਂ ਕੀ ਵਜ੍ਹਾ, ਮੇਰੇ ਪਟਕੇ ਦੇ ਵੱਜ ਗਿਆ, ਮੇਰਾ ਪਟਕਾ ਲੱਥ ਗਿਆ, ਪਟਕੇ ਕਾਰਨ ਮੇਰਾ ਬਚਾਅ ਹੋ ਗਿਆ। ਮੈਂ ਬਾਅਦ ਚੁੜ ਗਿਆ ਬੇਸਬੋਲ ਫੜਿਆ, ਅਤੇ ਬਾਹਰ ਨਿਕਲ ਕੇ 3-4 ਮੁੰਡੇ ਨਾਲ ਗਏ ਸੀ ਇਹਦੇ, ਉਹਨਾਂ ਨੇ ਪਹਿਲੇ ਮੇਰੇ ਹੱਥੀ ਪਿਆ, ਫਿਰ ਮੇਰੇ ਪਾਪਾ ਦੇ ਹੱਥੀ ਪਿਆ, ਉਹਨਾਂ ਦੀ ਪੱਗ ਪੁੱਗ ਲਾਤੀ, ਠੀਕ ਹੈ। ਉਹਨਾਂ ਨੇ ਬਚਾ ਬਚੂ ਗਿਆ, ਉਹਨਾਂ ਨੂੰ ਮੈਂ ਕਿਹਾ ਅੰਦਰ ਜਾਓ ਤੁਸੀਂ, ਬਾਈ ਮੇਰੇ ਭਰਾ ਹੈ, ਮੇਰੇ ਭਰਾਵਾਂ ਨੇ ਮੈਨੂੰ ਬਚਾਇਆ। ਅਤੇ ਅਸੀਂ ਬਾਅਦ 'ਚ ਥਾਣੇ ਗਏ ਆ, ਦਰਖਾਸਤ ਲਗਾਉਣ, ਥਾਣੇ ਉਹ ASI ਸਾਹਿਬ ਨਾਲ ਆਏ ਆ, ਅਤੇ ਉਹ ਉਹਨਾਂ ਦੇ ਵਜੂਦ ਵੀ ਉਹਨਾਂ ਨੇ ਕੋਈ ਵੇਖਿਆ ਨਹੀਂ ਕਿ ਪੁਲਿਸ ਵਾਲਾ ਨਾਲ ਆਇਆ ਨਹੀਂ ਆਇਆ। ਉਹਨਾਂ ਨੇ ਪੂਰਾ ਹਥਿਆਰ, ਟੈਂਪੂ 25-30 ਜਿੰਨੇ ਮੁੰਡੇ ਆਏ ਆ, ਟੈਂਪੂ ਭਰ ਕੇ ਆਏ ਆ ਹਥਿਆਰਾਂ ਦੇ ਨਾਲ, ਇੱਟਾਂ ਦੇ ਨਾਲ, ਬੋਤਲਾਂ ਦੇ ਨਾਲ। ਇਹ ਭਾਜੀ ਇਹ ਡੇਢੇ ਘੋਲਿਆਂ ਵਾਲੇ ਹੈਗੇ ਆ, ਅਤੇ ਕੇਲਾ ਲੋਡ ਕੱਢਦੇ ਆ, ਅਤੇ ਆ ਮਕਬੂਲਪੁਰੇ ਬੱਲੇ, ਮਤਲਬ ਕਿ ਇੱਧਰ ਦੀ ਸਾਈਡ ਦੇ ਹੈਗੇ ਆ, 25-30 ਜਿੰਨੇ ਹੈਗੇ ਆ, ਚਲ ਮਤਲਬ ਕਿ ਇਹਨਾਂ ਦੇ ਅੱਗੇ ਵੀ ਪਰਚੇ ਹੈਗੇ ਆ। ਮੇਰੀ ਕੋਈ ਰੰਜਿਸ਼ ਨਹੀਂ, ਮੇਰਾ ਕੋਈ ਹੈਗਾ ਨਹੀਂ ਇਹਨਾਂ ਨਾਲ ਲੈਣ ਦੇਣ। ਇਹਨੂੰ ਇਹੀ ਕਿਹਾ ਵਾ ਪਿਆਰ ਨਾਲ ਕਿ ਟੈਂਪੂ ਅੱਗੇ ਪਿੱਛੇ ਕਰ ਲਾ, ਕਹਿੰਦਾ ਨਹੀਂ ਮੈਂ ਇੱਥੇ ਖਿਲਾਉਣਾ, ਜੋ ਮਰਜ਼ੀ ਤੂੰ ਕਰ ਲਾ। ਹਾਂਜੀ, 10-12 ਜਿੰਨੀਆਂ ਸੱਟਾਂ ਲੱਗੀਆਂ ਪੁਲਿਸ ਦੇ, ਉਹਨਾਂ ਨੇ ਪੁਲਿਸ ਦਾ ਵੀ ਖੋਫ ਖਾਧਾ, ਪੁਲਿਸ ਵਾਲਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪੁਲਿਸ ਨੂੰ ਵੀ ਨਹੀਂ ਵੇਖਿਆ। ਪੁਲਿਸ ਵਾਲਿਆਂ ਨੂੰ ਧੱਕੇ ਮਾਰੇ, ਪੁਲਿਸ ਵਾਲੇ ਆਪ ਆਪਣੀ ਜਾਨ ਬਜਾਨ, ਇਕੱਲਾ ਪੁਲਿਸ ਵਾਲਾ ਕੀ ਕਰੇ। ਹਾਂ, ਵੀਡੀਓ ਉੱਥੇ ਸਾਰੇ ਲੱਗੇ ਆ, ਸਭ ਕੁਛ ਹੈਗਾ ਵਾ। ਉਹਨਾਂ ਪੁਲਿਸ ਵਾਲਾ ਆਪਣਾ ਬਚਾਅ ਕਰਦਾ, ਅਸੀਂ ਆਪਣਾ ਬਚਾਅ ਕਰਦੇ ਹਾਂ। ਦੁਕਾਨਾਂ ਦੇ ਹਮਲਾ ਕੀਤਾ, ਅਸੀਂ ਆਪਣੇ ਦੁਕਾਨਾਂ ਬੰਦ ਕਰਕੇ ਆਪਣਾ ਬਚਾਅ ਕੀਤਾ, ਬੜੀ ਮੁਸ਼ਕਲ। ਹਾਂਜੀ, ਕੈਸ਼ ਵੀ ਖੜਿਆ, 25-30 ਹਜ਼ਾਰ ਰੁਪਇਆ ਕੈਸ਼ ਆ, ਮੇਰਾ ਨੁਕਸਾਨ ਕੀਤਾ, 25-30 ਹਜ਼ਾਰ ਰੁਪਏ ਦਾ ਸਾਰਾ ਫਰੂਟ ਲਡਾ ਤਾ ਮੇਰਾ। ਆਪਣਾ ਇਹਨਾਂ ਦਾ ਹਮਲਾ ਜਿਹਾ ਕਰਾਉਂਦਾ ਇੱਥੇ ਡਾਕਟਰ ਸਾਹਿਬ, ਕਿੰਨੇ ਬੰਦੇ ਸੱਟਾਂ ਲੱਗੀਆਂ? 8-10 ਕੀ ਲੱਗਦਾ, ਕਹਿੰਦੇ ਕਿੰਨਾ ਗੁੰਡਾਗਰਦੀ ਬੜੀ ਹੋਈ ਪੁਲਿਸ ਦੇ ਸਾਹਮਣੇ ਉੱਥੇ?
ਕੋਈ ਗੁੰਡਾ ਮੈਂ ਮੌਕੇ 'ਤੇ ਨਹੀਂ ਹੈਗਾ ਜਿਹੜੇ ਗੱਲ ਉਹ ਕਰੀ ਤੁਸੀਂ ਜਿਹੜੇ ਕਰਦੇ ਨਹੀਂ ਕੋਈ ਨਹੀਂ ਨਾ ਇੱਥੇ ਅਸ਼ਵਨੀ ਕੁਮਾਰ ਆ ਜੀ ਕੋਈ ਅਰਸ਼ਦੀਪ ਸਿੰਘ ਆ ਕੋਈ ਸਦੀਪ ਵੱਖੋ ਵੱਖ ਨਾਂ ਜਿੱਦਾਂ ਆਏ ਡਾਕਟਰ ਦਿੱਤੇ ਡਾਕਟਰ ਸਾਹਿਬ ਨੇ 8-10 ਹੈਗੇ ਬੰਦੇ ਅਸੀਂ ਤਾਂ ਮੁਲਾਜ਼ਾ ਕਰਾਉਂਦੇ ਸਾਡੀ ਡਿਊਟੀ ਸੀ ਐਮਰਜੈਂਸੀ ਹਸਪਤਾਲ ਅਸੀਂ ਤਾਂ ਮੁਲਾਜ਼ਾ ਕਰਾਉਂਦੇ ਉਹ ਥਾਣੇ ਵਾਲੇ ਉੱਥੋਂ ਥਾਣੇ ਆਏ ਉਹ ਥਾਣੇ ਉਹ ਉੱਥੇ ਥਾਣੇ ਆਏ ਆ ਇੱਥੇ ਕੋਈ ਅਸੀਂ ਕੰਟਰੋਲ ਕੀਤਾ ਜੀ ਗੱਲ ਬਹੁਤ ਦੂਰ ਅਫਸਰ ਦੱਸ ਦਈਦਾ ਕੋਈ ਨਾ ਕੰਟਰੋਲ ਹੋਵੇ ਸਾਡੇ ਕੋਲ ਆਹੋ ਅਸੀਂ ਕੰਟਰੋਲ ਕੀਤਾ ਇੱਥੇ ਆਹ ਅਸੀਂ ਆਪਣਾ ਕੰਟਰੋਲ